ਸਤਿ ਸ਼੍ਰੀ ਅਕਾਲ ਕਿਸਾਨ ਵੀਰਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਅਤੇ ਆਲ 'ਤੇ ਸੈੱਟ ਕਰ ਲਿਓ। ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ ਜੀ ਸਭ ਤੋਂ ਪਹਿਲਾਂ। ਸੋ ਵੀਰ ਜੀ, ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬੋਰੀ ਨੀਲੀ ਰਾਵੀ। ਬਹੁਤ ਵੀਰਾਂ ਦੀ ਡਿਮਾਂਡ ਸੀ ਕਾਫੀ ਟਾਈਮ ਤੋਂ ਬੋਰੀ ਨੀਲੀ ਰਾਵੀ। ਬਹੁਤ ਵਧੀਆ ਇਹ ਝੋਟੀ ਹੈ ਜੀ, ਵਜ਼ਨਦਾਰ, ਸਿਹਤ ਪੱਖੋਂ ਵੇਲ ਕਾਫੀ ਲੰਬੀ ਹੈ ਜੀ, ਉੱਚਾਈ ਮੋਢਿਆਂ ਤੱਕ ਉੱਚਾਈ ਹੈ ਜੀ ਇਸ ਝੋਟੀ ਦੀ। ਨੀਲੀ ਰਾਵੀ ਦੇ ਵਿੱਚ ਬੋਰੀ ਨਿਸ਼ਾਨ ਪੂਰੇ ਕਰਦੀ ਹੈ ਜੀ, ਚਾਰੇ ਪੈਰ ਵਾਈਟ ਹਨ ਜੀ, ਆਰਡਰ ਦੀ ਕੁਆਲਿਟੀ ਕਾਫੀ ਜ਼ਿਆਦਾ ਸੋਹਣੀ ਹੈਗੀ ਹੈ ਜੀ, ਪੂਛ ਲੰਬੀ ਹੈ ਜੀ, ਧਰਤੀ ਨੂੰ ਟੱਚ ਕਰਦੀ ਹੈ। ਨੀਲੀ ਰਾਵੀ ਦੇ ਵਿੱਚ ਅਕਸਰ ਇਹ ਦੇਖਣ ਨੂੰ ਮਿਲਦਾ ਹੈਗਾ ਹੈ ਜੀ। ਅੱਖ ਬਿੱਲੀ ਹੈ ਜੀ। ਸਿੰਘ ਦੀ ਗੱਲ ਕਰੀਏ, ਬਹੁਤ ਛੋਟਾ ਸਿੰਘ ਲੱਗਾ ਹੈ ਜੀ, ਗੋਲ ਸਿੰਘ ਹੈਗਾ ਹੈ ਜੀ ਇਸਦਾ। ਦੋਸਤੋ, ਤੀਜੀ ਲੋਕੇਸ਼ਨ ਵਿੱਚ ਇਹ ਸੂਈ ਹੈਗੀ ਹੈ ਜੀ। 15 ਦਿਨ ਸੂਈ ਨੂੰ ਹੋ ਗਏ ਆ, ਮਗਰ ਕੱਟੀ ਆ ਜੀ। 11 ਲੀਟਰ ਮਿਲਕ ਰੈਡੀ ਆ ਜੀ ਇਸਦੇ। ਪਿੰਡ ਚੋਟੀਆਂ, ਡਿਸਟ੍ਰਿਕਟ ਮੋਗਾ ਹੈ ਜੀ, ਤਹਿਸੀਲ ਧਰਮਕੋਟ। ਪ੍ਰਦੀਪ ਸਿੰਘ ਓਨਰ ਹਨ ਜੀ ਇਸਦੇ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ, ਉਹਨਾਂ ਦੇ ਨਾਲ ਨੰਬਰ ਆਪਾਂ ਦੇ ਦੇਵਾਂਗੇ। ਬਾਕੀ ਆਰਡਰ ਦੀ ਕੁਆਲਿਟੀ ਵੇਖੋ ਜੀ, ਬਹੁਤ ਖੂਬਸੂਰਤ ਹੈਗੀ ਹੈ ਜੀ, ਗਿੱਠ ਗਿੱਠ ਦੇ ਥਣ ਜਿਹਨੂੰ ਆਪਾਂ ਕਹਿ ਦਈਏ ਲੱਗਾ ਹੈਗਾ। ਅਗਲੇ ਮਗਰਲੇ ਥਣਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈਗਾ ਜੀ। ਬਾਕੀ ਨੰਬਰਾਂ 'ਤੇ ਦਿੱਤੇ ਹੋਏ 'ਤੇ ਤੁਸੀਂ ਸੰਪਰਕ ਕਰਕੇ ਮੱਝ ਖਰੀਦ ਸਕਦੇ ਹੈਗੇ ਹੋ। 8190800466 'ਤੇ ਤੁਸੀਂ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਬਾਕੀ ਕਿਸਾਨ ਵੀਰੋ, ਚੁਬਾਈ ਚੰਗੀ ਤਰ੍ਹਾਂ ਦੋ ਟਾਈਮ, ਹੋ ਸਕੇ ਇੱਕ ਟਾਈਮ ਜ਼ਰੂਰ ਕਰਕੇ ਲੈ ਕੇ ਜਾਣੀ, ਕਿਉਂਕਿ ਆਪਣੀ ਤਸੱਲੀ ਤੁਹਾਡੀ ਬਹੁਤ ਜ਼ਰੂਰੀ ਆ। ਕੁਛ ਜ਼ਿਆਦਾ ਫਰਕ ਨਹੀਂ ਪੈਂਦਾ ਗਾ, ਮੌਕੇ 'ਤੇ ਚੁਬਾਈ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ। ਸ਼ਾਮ ਹੈ ਤਾਂ ਸ਼ਾਮ ਦੇ ਟਾਈਮ ਚੁਬਾਈ ਕਰਕੇ ਲੈ ਕੇ ਜਾਇਆ ਕਰੋ, ਸੁਬਹਾ ਆਉਣਾ ਤਾਂ ਸੁਬਹਾ ਕਰਕੇ ਲੈ ਕੇ ਜਾਇਆ ਕਰੋ। ਇਸ ਵਿੱਚ ਤੁਹਾਡੀ ਭਲਾਈ ਹੈਗੀ ਹੈ ਜੀ, ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਹੋ ਜੀ। ਬਾਕੀ ਮੌਕੇ ਦੀ ਚੁਬਾਈ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ। ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।